Hello everyone, here is your Reet Kaur and welcome back to your favorite YouTube channel and Money Job. ਜਿਵੇਂ ਕਿ ਤੁਹਾਨੂੰ ਕੁਝ ਟਾਈਮ ਪਹਿਲਾਂ ਹੀ ਤੁਹਾਡੀ ਰੀਤ ਨੇ ਤੁਹਾਨੂੰ ਦੱਸਿਆ ਸੀਗਾ ਕਿ ਪੰਜਾਬ ਪੁਲਿਸ ਦੀਆਂ ਵੈਕੈਂਸੀਜ਼ ਆਊਟ ਹੋ ਚੁੱਕੀਆਂ ਨੇ ਔਰ ਉਹਨਾਂ ਦਾ ਪਰ ਉਸ ਟਾਈਮ ਦੇ ਉੱਤੇ ਜਿਹੜਾ ਫਾਰਮ ਫਿਲ ਕਰਨ ਦੀਆਂ ਡੇਟਸ ਨਹੀਂ ਆਈਆਂ ਸੀ ਬਟ ਉਹਦੀ ਡੈਫੀਨਿਟਿਵ ਡੇਟ ਮੈਂ ਤੁਹਾਨੂੰ ਦੱਸ ਚੁੱਕੀ ਸੀ ਸੋ ਫਰੈਂਡਸ ਹੁਣ ਜਿਹੜੀਆਂ ਵੈਕੈਂਸੀਜ਼ ਆਈਆਂ ਸੀਗੀਆਂ ਪੰਜਾਬ ਪੁਲਿਸ ਦੇ ਵਿੱਚ ਉਹਦੀ ਜਿਹੜੀ ਆਨਲਾਈਨ ਫਿਲਿੰਗ ਦੀ ਡੇਟਸ ਹੈ ਉਹ ਆ ਚੁੱਕੀਆਂ ਨੇ ਮੈਂ ਤੁਹਾਡੇ ਨਾਲ ਸ਼ਾਰਟ ਵੀਡੀਓ 'ਚ ਸ਼ੇਅਰ ਕਰਨ ਲੱਗੀ ਹਾਂ ਸੋ ਫਰੈਂਡਸ ਇਹ ਪੰਜਾਬ ਪੁਲਿਸ ਦੀਆਂ ਰਿਕਰੂਟਮੈਂਟ ਹੈ ਫੋਰ ਦਾ ਪੋਸਟ ਆਫ ਇਹਦੇ ਵਿੱਚ ਵੱਖਰੀਆਂ ਵੱਖਰੀਆਂ ਵੈਕੈਂਸੀਜ਼ ਸੀਗੀਆਂ ਸਬ ਇੰਸਪੈਕਟਰ ਇਸੇ ਤਰੀਕੇ ਨਾਲ ਇਨ ਦ ਕੈਟਰੀਜ਼ ਆਫ ਡਿਸਟ੍ਰਿਕਟ ਪੁਲਿਸ ਆਰਮਡ ਪੁਲਿਸ ਅਤੇ ਇਨਵੈਸਟੀਗੇਸ਼ਨ ਦੇ ਵਿੱਚ ਆਈਆਂ ਨੇ ਇਸੇ ਤਰੀਕੇ ਨਾਲ ਪੋਸਟ ਆਈ ਆ ਇੰਟੈਲੀਜੈਂਸ ਆਫਿਸਰ ਇਨ ਦ ਰੈਂਕ ਆਫ ਸਬ ਇੰਸਪੈਕਟਰ ਸੋ ਫਰੈਂਡਸ ਇਹ ਜਿਹੜੀਆਂ ਨੇ ਪਬਲਿਸ਼ ਹੋਈਆਂ ਨੇ ਇਹਦੇ ਵਿੱਚ ਦੱਸਦੇ ਨੇ ਕਿ ਓਪਨਿੰਗ ਡੇਟ ਅਤੇ ਫੋਰਮ ਨੂੰ ਸਬਮਿਟ ਕਰਨ ਦੀ ਜਿਹੜੀ ਜਿਹੜੀ ਡੇਟਸ ਨੇ ਉਹ 6 ਜੁਲਾਈ ਤੋਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਲਾਸਟ ਡੇਟ ਜਿਹੜੀ ਆ ਉਹ 27 ਜੁਲਾਈ ਹੋਏਗੀ ਹੈਲਪਲਾਈਨ ਨੰਬਰ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਤੁਸੀਂ ਦੇਖ ਸਕਦੇ ਆ ਈਵਨ ਇਹਨਾਂ ਦੇ ਵਾਸਤੇ ਜਿਹੜੀ ਪ੍ਰੈਪਰੇਸ਼ਨ ਹੋਣੀ ਆ ਉਹਦੇ ਵਾਸਤੇ ਨੋਡਲ ਆਫੀਸਰਸ ਵੀ ਅਪੁਆਇੰਟ ਕਰ ਚੁੱਕੇ ਨੇ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਉਹਦੀ ਵੀਡੀਓ ਆਲਰੇਡੀ ਇਸ ਚੈਨਲ ਦੇ ਉੱਪਰ ਅਪਲੋਡਡ ਹੈ ਫਰੈਂਡਸ ਦੱਸਦੇ ਨੇ ਕਿ ਇਹਦੇ ਵਾਸਤੇ ਕੀ ਹੋਏਗਾ ਰਿਕਰੂਟਮੈਂਟ ਫੋਰ ਫਿਲਿੰਗ ਅਪ ਦ ਵੈਕੈਂਸੀਜ਼ ਇਨ 4 ਕੈਡਰੀਜ਼ ਦੇ ਆਰ ਮੈਂਸ਼ਨਡ ਅਬਵ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਵਾ ਦੇ ਸ਼ੁੱਡ ਬੀ ਕੈਰੀਡ ਆਊਟ ਥਰੂ ਅ ਕਾਮਨ ਐਪਲੀਕੇਸ਼ਨ ਫਾਰਮ ਅਤੇ ਕੰਪਿਊਟਰ ਬੇਸਡ ਟੈਸਟ ਹੋਏਗਾ ਉਸ ਤੋਂ ਬਾਅਦ ਚੋਂ ਤੁਹਾਡੀ ਫਿਜ਼ੀਕਲ ਮੈਜਰਮੈਂਟ ਟੈਸਟ ਹੋਏਗਾ ਜੇਕਰ ਤੁਸੀਂ ਕੰਪਿਊਟਰ ਬੇਸਡ ਟੈਸਟ ਕਲੀਅਰ ਕਰ ਜਾਂਦੇ ਹੋ ਨਾਲ ਹੀ ਮੈਂ ਤੁਹਾਡੇ ਨਾਲ ਆਲਰੇਡੀ ਇੱਕ ਵੀਡੀਓ 'ਚ ਸ਼ੇਅਰ ਕਰ ਚੁੱਕੀ ਸੀ ਕਿ ਫਿਜ਼ੀਕਲ ਮੈਜਰਮੈਂਟ ਟੈਸਟ ਦੇ ਉੱਪਰ ਬੇਸਿਸ ਦੇ ਉੱਪਰ ਤੁਹਾਡੀ ਸਿਲੈਕਸ਼ਨ ਨਹੀਂ ਹੋਣੀ ਅਗਰ ਤੁਹਾਡਾ CBT ਕਲੀਅਰ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਚੋਂ ਹੀ ਤੁਸੀਂ ਫਿਜ਼ੀਕਲ ਮੈਜਰਮੈਂਟ ਟੈਸਟ ਹੋਏਗਾ ਜੇਕਰ ਤੁਸੀਂ ਉਹ ਵੀ ਕਲੀਅਰ ਕਰ ਲੈਂਦੇ ਹੋ ਤਾਂ ਜਿਹੜੀ ਮੈਰਿਟ ਆ ਉਹ ਕੰਪਿਊਟਰ ਬੇਸਡ ਟੈਸਟ ਦੇ ਹੀ ਨਿਰਭਰ ਹੋਏਗੀ ਨਾਲ ਦੇ ਨਾਲ ਹੀ ਤੁਹਾਡਾ ਫਿਜ਼ੀਕਲ ਸਕਰੀਨਿੰਗ ਟੈਸਟ ਵੀ ਹੋਏਗਾ ਉਹਦੀ ਵੀਡੀਓ ਵੀ ਆਲਰੇਡੀ ਅਪਲੋਡਡ ਹੈ ਕਿ ਕਿੰਨੇ ਮੇਲਸ ਅਤੇ ਫੀਮੇਲਸ ਵਾਸਤੇ ਕੀ ਕ੍ਰਾਈਟੀਰੀਆ ਹੈ ਕਿੰਨੇ ਚਾਂਸਿਸ ਮਿਲਣਗੇ ਅਤੇ ਕੀ ਜ਼ਰੂਰੀ ਹੈ ਸੋ ਦੈਟ ਤੁਸੀਂ ਉਸ ਤਰੀਕੇ ਦੇ ਨਾਲ ਆਪਣੀ ਪ੍ਰੈਪਰੇਸ਼ਨ ਕਰ ਸਕੋ ਇਸੇ ਤਰੀਕੇ ਨਾਲ ਫਰੈਂਡਸ ਮੈਂ ਦੱਸ ਦਿੰਦੀ ਹਾਂ ਤੁਹਾਨੂੰ ਜਨੇਟਿਵ ਵੈਕੈਂਸੀ ਜਿਹੜੀਆਂ ਸਬ ਇੰਸਪੈਕਟਰ ਦੀਆਂ ਨੇ ਉਹ ਇਨ ਦ ਡਿਸਟ੍ਰਿਕਟ ਪੁਲਿਸ ਆਰਮਡ ਪੁਲਿਸ ਅਤੇ ਇਨਵੈਸਟੀਗੇਸ਼ਨ ਕੈਡਰੀਸ ਹੋਏਗਾ ਨਾਲ ਦੇ ਨਾਲ ਹੀ ਇੰਟੈਲੀਜੈਂਸ ਆਫਿਸਰ ਜਿਹੜਾ ਵਾ ਉਹ ਰੈਂਕ ਹੋਏਗਾ ਸਬ ਇੰਸਪੈਕਟਰ ਦਾ ਸੋ ਇਹ ਹੈਗੀਆਂ ਨੇ ਜਿਹੜੀਆਂ ਟੋਟਲ ਵੈਕੈਂਸੀਜ਼ ਨੇ ਸਬ ਇੰਸਪੈਕਟਰ ਦੀਆਂ ਡਿਸਟ੍ਰਿਕਟ ਪੁਲਿਸ ਕੈਡਰੀ ਦੇ ਵਿੱਚ ਉਹ 87 ਨੰਬਰ ਨੇ ਅਤੇ ਇਸੇ ਤਰੀਕੇ ਦੇ ਨਾਲ ਇਹ ਆ ਕੈਟੇਗਰੀ ਵਾਈਜ਼ ਵੱਖਰੀਆਂ ਵੱਖਰੀਆਂ ਕਿੰਨੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਕੈਟੇਗਰੀ ਵਾਈਜ਼ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਕੱਲੀ ਕੱਲੀ ਚੀਜ਼ ਰੀਡ ਆਊਟ ਕਰੂੰਗੀ ਤਾਂ ਜ਼ਿਆਦਾ ਲੈਂਥੀ ਹੋ ਜਾਏਗਾ ਜਿਹੜਾ ਤੁਹਾਡੇ ਰਿਲੇਟਡ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਪੁੱਛ ਸਕਦੇ ਹੋ ਅਤੇ ਮੈਂ ਤੁਹਾਨੂੰ ਉਹਦੀ ਫੁੱਲ ਇਨਫੋਰਮੇਸ਼ਨ ਉੱਥੇ ਦੇ ਦਾਂਗੀ ਆਮ ਪੁਲਿਸ ਕੈਡਰੀ ਦੀਆਂ ਟੋਟਲ ਨੰਬਰ ਆਫ ਵੈਕੈਂਸੀ ਸਬ ਇੰਸਪੈਕਟਰ ਦੀਆਂ 97 ਨੇ ਕੈਟੇਗਰੀ ਵਾਈਜ਼ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋ ਹੋ ਰਹੀਆਂ ਨੇ ਕੁਛ ਨਹੀਂ ਪਤਾ ਲੱਗ ਰਿਹਾ ਤੈਨ ਯੂ ਕੈਨ ਆਸਕ ਮੀ ਇਨ ਦਾ ਕਮੈਂਟ ਬਾਕਸ ਜਿਹੜਾ ਤੋ ਜਿਹਦੇ ਵਾਸਤੇ ਤੁਸੀਂ ਐਲੀਜੀਬਲ ਹੋ ਤੁਸੀਂ ਆਪਣਾ ਪੁੱਛ ਸਕਦੇ ਹਾਂ ਓਵਰਆਲ ਮੈਂ ਤੁਹਾਡੇ ਨਾਲ ਇਸ ਸ਼ਾਰਟ ਵੀਡੀਓ ਦੇ ਵਿੱਚ ਸ਼ੇਅਰ ਕਰ ਰਹੀ ਹਾਂ ਇਸੇ ਤਰੀਕੇ ਦੇ ਨਾਲ ਇੰਟੈਲੀਜੈਂਸੀ ਕੈਡਰੀ ਦੇ ਵਿੱਚ ਇੰਟੈਲੀਜੈਂਸੀ ਆਫਿਸਰ ਹੋਣਗੇ ਇੰਟੈਲੀਜੈਂਸ ਆਫਿਸਰ ਦੀਆਂ ਟੋਟਲ ਨੰਬਰ ਆਫ ਵੈਕੈਂਸੀਜ਼ 87 ਹੋਣਗੀਆਂ ਐਂਡ ਦੀਜ਼ ਆਰ ਦ ਕੈਟੇਗਰੀ ਬੇਸਡ ਵੱਖਰੀਆਂ ਵੱਖਰੀਆਂ ਕੈਟੇਗਰੀਜ਼ ਤੋਂ ਕਿੰਨੇ ਜਿਹੜੇ ਨੇ ਨੰਬਰ ਨੇ ਨੈਕਸਟ ਹੈ ਇਨਵੈਸਟੀਗੇਸ਼ਨ ਕੈਡਰੀ ਦੇ ਵਿੱਚ ਟੋਟਲ ਨੰਬਰ ਆਫ ਵੈਕੈਂਸੀਜ਼ ਜਿਹੜੀਆਂ ਨੇ ਫੋਰ ਦ ਪੋਸਟ ਆਫ ਸਬ ਇੰਸਪੈਕਟਰ ਦੇ ਵਿਲ ਬੀ 289 ਸੋ ਟੋਟਲ ਨੰਬਰ ਆਫ ਵੈਕੈਂਸੀਜ਼ ਜਿਹੜੀਆਂ ਇਨਵੈਸਟੀਗੇਸ਼ਨ ਕੈਡਰੀ ਆ ਉਹਦੇ ਵਿੱਚ 289 ਹੋਣਗੀਆਂ ਅਤੇ ਹੁਣ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋ ਹੋ ਰਹੀਆਂ ਨੇ ਕੈਟੇਗਰੀ ਵਾਈਜ਼ ਵੈਕੈਂਸੀਜ਼ ਟੋਟਲ ਹੋਣਗੀਆਂ 289 ਸੋ ਫਰੈਂਡਸ ਇਸ ਤੋਂ ਬਿਨਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜਿਹੜਾ ਜ਼ਰੂਰੀ ਹੈ ਕਿ ਪੇ ਸਕੇਲ ਜਿਹੜਾ ਵਾ ਇਹਦਾ ਹੋਏਗਾ 35,400 ਮਿਲੇਗਾ ਐਟ ਦ ਲੈਵਲ ਆਫ 6 ਆਫ 7th ਪੇ ਕਮਿਸ਼ਨ ਦੇ ਹਿਸਾਬ ਦੇ ਨਾਲ ਇਹਦੀਆਂ ਜਿਹੜੀਆਂ ਨੇ ਉਹ ਇਹਦੀ ਪੇ ਸਕੇਲ ਹੋਏਗੀ ਸੋ ਕਿਹੜੇ ਕੈਂਡੀਡੇਟਸ ਅਪਲਾਈ ਕਰ ਸਕਦੇ ਜਿਹੜੇ ਸਿਟੀਜ਼ਨ ਆਫ ਇੰਡੀਆ ਨੇ ਸੋ ਇਸੇ ਤਰੀਕੇ ਦੇ ਨਾਲ ਜਿਹੜੀ ਇਹਦੀ ਏਜ ਦੀ ਹੈਗੀ ਆ ਇਹ ਜਿਹੜੀ 18 to 28 ਈਅਰਸ ਲੈਣਗੇ ਅਤੇ ਜਿਹੜੀ ਰਿਜ਼ਰਵ ਕੈਟੇਗਰੀਜ਼ ਨੇ ਉਹਨਾਂ ਦੇ ਵਾਸਤੇ ਏਜ ਰਿਲੈਕਸੇਸ਼ਨ ਲਿਮਿਟ ਜ਼ਿਆਦਾ ਹੋਏਗੀ ਬਟ ਫੋਰ ਦ ਜਨਰਲ ਕੈਟੇਗਰੀਜ਼ ਦੀਜ਼ ਆਰ 18 to 28 ਈਅਰਸ 18 to 28 ਸਾਲਾਂ ਤੱਕ ਇਸੇ ਤਰੀਕੇ ਦੇ ਨਾਲ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੋ ਸੋ ਜਿਨ੍ਹਾਂ ਨੇ ਸਬ ਇੰਸਪੈਕਟਰ ਡਿਸਟ੍ਰਿਕਟ ਪੁਲਿਸ ਖੇਡਰੇ ਦੇ ਵਿੱਚ ਅਪਲਾਈ ਕਰਨਾ ਵਾ ਉਹਨਾਂ ਦੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਇਸੇ ਤਰੀਕੇ ਨਾਲ ਸਬ ਇੰਸਪੈਕਟਰ ਇਹਦਾ ਆਮ ਪੁਲਿਸ ਕੈਡਰੀ ਵਾਲਿਆਂ ਕੋਲ ਵੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਸਬ ਇੰਸਪੈਕਟਰ ਇਨਵੈਸਟੀਗੇਸ਼ਨ ਕੈਡਰੀ ਦੇ ਵਿੱਚ ਵੀ ਉਹਨਾਂ ਕੋਲ ਤੁਹਾਡੇ ਕੋਲ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਅਤੇ ਇੰਟੈਲੀਜੈਂਸ ਆਫਿਸਰ ਜਿਹੜਾ ਵਾ ਉਹਦੇ ਵਿੱਚ ਤੁਹਾਡੇ ਕੋਲ ਗ੍ਰੈਜੂਏਸ਼ਨ ਤਾਂ ਹੋਣੀ ਚਾਹੀਦੀ ਹੈ ਐਜ਼ ਵੈਲ ਐਜ਼ ਦ ਕੇਸ ਮੇ ਬੀ ਪ੍ਰੋਵਾਈਡਡ ਦੈਟ ਕੈਂਡੀਡੇਟ ਸ਼ੈਲ ਆਲਸੋ ਪਸੈਸ ਓ ਲੈਵਲ ਸਰਟੀਫਿਕੇਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਨੈਸ਼ਨਲ ਇੰਸਟੀਟਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਸੋ ਉਹਦੇ ਵਿੱਚ ਤੁਹਾਡੇ ਕੋਲ ਜਿਹੜਾ ਵਾ ਉਹ ਲੈਵਲ ਸਰਟੀਫਿਕੇਟ ਹੋਣਾ ਜ਼ਰੂਰੀ ਆ ਫੋਰ ਦਾ ਪੋਸਟ ਆਫ ਇੰਟੈਲੀਜੈਂਸ ਆਫਿਸਰ
ਜਾਂ ਫਿਰ ਤੁਸੀਂ ਗ੍ਰੈਜੂਏਟ ਹੋਵੋ ਜਿਹੜੇ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਇਹਨਾਂ ਵਿੱਚੋਂ ਕਿਸੇ ਸਬਜੈਕਟ ਦੇ ਉੱਪਰ ਜਾਂ ਫਿਰ ਤੁਹਾਡੇ ਕੋਲ BSc ਹੋਵੇ BTech ਹੋਵੇ ਜਾਂ BE ਹੋਵੇ ਇਹਨਾਂ ਕਿਸੇ ਵੀ ਸਟਰੀਮ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਸ ਉਹ ਵੀ ਚੱਲ ਸਕਦਾ ਹੈ ਸੋ ਫਰੈਂਡਸ ਫਿਜ਼ੀਕਲ ਸਟੈਂਡਰਡਸ ਇਹ ਵਾ ਕਿ ਕਿੰਨੇ ਕਿੰਨੇ ਤੁਹਾਡੀ ਹਾਈਟ ਹੋਣੀ ਚਾਹੀਦੀ ਹੈ ਫੋਰ ਮੇਲਸ ਐਂਡ ਫੀਮੇਲਸ ਡਿਫਰੈਂਟ ਡਿਫਰੈਂਟ ਵਕੈਂਸੀਜ਼ ਵਾਸਤੇ ਲਾਈਕ ਇੱਕ ਦੱਸ ਦਿੰਦੀ ਕਿ ਜਿੱਦਾਂ ਡਿਸਟ੍ਰਿਕਟ ਪੁਲਿਸ ਆ ਮੇਲ ਵਾਸਤੇ 5 feet 7 inches ਐਂਡ ਫੋਰ ਫੀਮੇਲਸ 5 feet 2 inches ਮਿਨੀਮਮ ਹਾਈਟ ਮੈਕਸੀਮਮ ਨਹੀਂ ਹੈ ਮਿਨੀਮਮ ਹਾਈਟ ਜਿਹੜੀ ਆ ਉਹ ਰਿਕੁਆਇਰਡ ਹੋਏਗੀ ਇਸੇ ਤਰੀਕੇ ਦੇ ਨਾਲ ਬਾਕੀਆਂ ਦੇ ਵਾਸਤੇ ਸਿਲੈਕਸ਼ਨ ਪ੍ਰੋਸੈਸ 2 stages ਦੇ ਵਿੱਚ ਹੋਏਗਾ ਪਹਿਲਾਂ ਹੋਏਗਾ ਤੁਹਾਡਾ ਕੰਪਿਊਟਰ ਬੇਸਡ ਟੈਸਟ ਜਿਹਦੇ ਵਿੱਚ ਦੇ ਵਿਲ ਬੀ ਕੰਸਿਸਟਿੰਗ ਆਫ 2 multiple choice ਕੁਸ਼ਚਨ ਪੇਪਰ ਨਾਲ ਦੀ ਨਾਲ ਦੋਵੇਂ ਪੇਪਰ ਇੱਕੋ ਦਿਨ 'ਚ ਹੋਣਗੇ ਅਤੇ ਸਟੇਜ 2 ਦੇ ਤੁਹਾਡਾ ਹੋਊਗਾ ਜਿਹਦੇ ਵਿੱਚ ਤੁਹਾਡੇ ਡਾਕੂਮੈਂਟਸ ਜਿਹੜੀ ਵੀ ਵੈਰੀਫਿਕੇਸ਼ਨ ਹੋਏਗੀ ਫਿਜ਼ੀਕਲ ਮੇਜਰਮੈਂਟ ਟੈਸਟ ਹੋਏਗਾ ਜਿਹਦੇ ਵਿੱਚ ਹਾਈਟ ਵਗੈਰਾ ਚੈਸਟ ਸਰਕਮਫਰੈਂਸ ਆਰਮ ਸਰਕਮਫਰੈਂਸ ਆਲਰੇਡੀ ਕਿੰਨੀ ਕਿੰਨੀ ਚਾਹੀਦੀ ਉਹਦੀ ਵੀਡੀਓ ਆਲਰੇਡੀ ਅਪਲੋਡਡ ਹੈ ਇਸੇ ਚੈਨਲ ਦੇ ਉੱਪਰ ਅਤੇ 3rd ਹੋਏਗਾ ਤੁਹਾਡੀ ਫਿਜ਼ੀਕਲ ਸਕਰੀਨਿੰਗ ਟੈਸਟ ਸੋ ਫਿਜ਼ੀਕਲ ਸਕਰੀਨਿੰਗ ਟੈਸਟ ਅਤੇ ਜਿਹੜਾ ਨਾਲ ਦੇ ਨਾਲ ਹੀ ਫਿਜ਼ੀਕਲ ਮੈਜਰਮੈਂਟ ਟੈਸਟ ਆ ਦੇ ਸ਼ੈਲ ਬੀ ਕੁਆਲੀਫਾਈਂਗ ਇਨ ਨੇਚਰ ਤੁਹਾਨੂੰ ਉਹ ਕਲੀਅਰ ਕਰਨੇ ਜ਼ਰੂਰੀ ਆ ਕੰਪਿਊਟਰ ਬੇਸ ਤੇ ਤੁਹਾਨੂੰ ਦੱਸਿਆ ਕਿ ਪੇਪਰ 1 ਅਤੇ ਪੇਪਰ 2 ਹੋਏਗਾ ਜਿਹਦੇ ਵਿੱਚ 21 ਦਿਨ ਦੇ ਵਿੱਚ ਹੋਏਗਾ ਪੇਪਰ 1 ਦਾ ਜਿਹੜਾ 2 hours ਦੀ ਡਿਊਰੇਸ਼ਨ ਹੋਏਗੀ 100 questions ਹੋਣਗੇ 400 marks ਹੋਏਗਾ ਉਹਦੇ ਵਿੱਚ ਸਬਜੈਕਟ ਤੁਹਾਡੇ ਸਾਹਮਣੇ ਬਹੁਤ ਹੀ ਉਹਨਾਂ ਨੇ ਈਜ਼ੀ ਕਰਤਾ ਕਿ ਜਨਰਲ ਅਵੇਅਰਨੈਸ ਹੋਏਗਾ ਉਹਦੇ ਵਿੱਚ ਇਹ ਵਾਲੇ ਟੋਪਿਕਸ ਕਲੀਅਰ ਕੀਤੇ ਜਾਣਗੇ ਇਹਨਾਂ ਦੇ ਨੋਟਸ ਅਤੇ ਪਿਛਲੇ ਸਾਲਾਂ ਦੇ ਕੁਸ਼ਚਨ ਪੇਪਰ ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਲਿੰਕ ਦਿੱਤੇ ਗਏ ਨੇ ਪਿਛਲੇ ਸਾਲਾਂ ਦੇ ਕੁਸ਼ਚਨ ਪੇਪਰਸ ਵੀ ਨੇ ਵਿਦ ਆਨਸਰ ਕੀ ਅਗਰ ਤੁਸੀਂ ਚਾਹੁੰਦੇ ਹੋ ਕਿਸੇ ਇੱਕ ਪਰਟੀਕੁਲਰ ਟੋਪਿਕ ਦੇ ਉੱਪਰ ਜਾਂ ਸਬਜੈਕਟ ਦੇ ਉੱਪਰ ਕੋਈ ਵੀਡੀਓ ਅਪਲੋਡ ਕੀਤੀ ਜਾਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਪੁੱਛ ਸਕਦੇ ਹੋ ਆਈ ਵਿਲ ਬੀ ਦੇਅਰ ਅਵਰ ਹੋਲ ਟੀਮ ਵਿਲ ਬੀ ਦੇਅਰ ਕਿ ਤੁਸੀਂ ਈਜ਼ੀਲੀ ਇਹ ਇਗਜ਼ਾਮ ਨੂੰ ਕਰੈਕ ਕਰ ਸਕੋ ਕਿਉਂਕਿ ਬਹੁਤ ਦੇਰ ਬਾਅਦ ਇਹ ਵੈਕੈਂਸੀਜ਼ ਆਈਆਂ ਨੇ ਅਤੇ ਹੁੰਦੀਆਂ ਆਈਆਂ ਤੁਹਾਨੂੰ ਵੀ ਪਤਾ ਹੈ ਕਿ 5 ਸਾਲਾਂ ਬਾਅਦ ਹੀ ਆਉਣੀਆਂ ਨੇ ਨੈਕਸਟ ਜਿਹੜਾ ਸਬਜੈਕਟ ਹੋਏਗਾ ਉਹ ਹੋਏਗਾ ਕੁਆਂਟੀਟੇਟਿਵ ਐਪਟੀਟਿਊਡ ਅਤੇ ਨਿਮੈਰੀਕਲ ਸਕਿੱਲ ਜਿਹਦੇ 30 marks ਦੇ ਕੁਸ਼ਚਨ ਹੋਣਗੇ ਤੀਜਾ ਹੋਏਗਾ ਪੰਜਾਬੀ ਲੈਂਗੁਏਜ 20 marks ਦੇ ਇਸੇ ਤਰੀਕੇ ਦੇ ਨਾਲ ਪੇਪਰ 2 ਹੋਏਗਾ ਉਹਦੇ ਵਿੱਚ ਲੋਜੀਕਲ ਅਤੇ ਐਨਾਲਿਟਿਕ ਰੀਜਨਿੰਗ ਐਂਡ ਡਾਟਾ ਇੰਟਰਪ੍ਰੀਟੇਸ਼ਨ ਹੋਏਗੀ ਇਹਦੇ ਵਿੱਚ ਜਿਹੜੇ ਨੇ 100 questions ਹੋਣਗੇ 400 marks ਅਤੇ 2 hours ਦੀ ਡਿਊਰੇਸ਼ਨ ਹੋਏਗੀ 50 number ਦਾ ਪੇਪਰ ਹੋਏਗਾ ਤੁਹਾਡਾ ਲੋਜੀਕਲ ਐਂਡ ਐਨਾਲਿਟਿਕ ਰੀਜਨਿੰਗ ਐਂਡ ਡਾਟਾ ਇੰਟਰਪ੍ਰੀਟੇਸ਼ਨ ਜਿਹਦੇ ਵਿੱਚ ਕੰਟੈਂਟ ਜਿਹੜੇ ਨੇ ਸਿਰਫ ਇੰਨੇ ਟੋਪਿਕਸ ਹੀ ਤੁਸੀਂ ਕਰਨੇ ਆ ਇਹ ਤੋਂ ਜ਼ਿਆਦਾ ਕਰਕੇ ਤੁਸੀਂ ਸਿਰਫ ਆਪਣਾ ਟਾਈਮ ਵੇਸਟ 'ਚ ਕਰ ਰਹੇ ਹੋ ਉਹਨਾਂ ਨੇ ਸਿਲੇਬਸ ਬੜਾ ਪਰਟੀਕੁਲਰ ਦਿੱਤਾ ਹੈ ਬਾਕੀ ਤੁਹਾਡੀ ਪ੍ਰੈਪਰੇਸ਼ਨ ਵਾਸਤੇ ਲਾਈਕ ਜਿੱਦਾਂ ਤੁਹਾਡੇ ਫਿਜ਼ੀਕਲੀ ਜਿਹੜੇ ਵੀ ਟੈਸਟ ਹੋਣੇ ਆ ਉਹਦੇ ਵਾਸਤੇ ਨੋਡਲ ਆਫੀਸਰਸ ਵੀ ਉਹਨਾਂ ਨੇ ਅਪੁਆਇੰਟ ਕੀਤੇ ਸੋ ਇਸ ਵਾਰ ਅਗਰ ਤੁਸੀਂ ਆਪਣੇ ਕੰਮ 'ਚ ਸੈਟਿਸਫਾਈਡ ਹੋ ਅਗਰ ਤੁਸੀਂ ਆਪਣੀ ਪ੍ਰੈਪਰੇਸ਼ਨ ਕੀਤੀ ਆ ਹੋਲ ਹਾਰਟਡਲੀ ਤੁਹਾਨੂੰ ਈਜ਼ੀਲੀ ਇਹ ਜੋਬਸ ਮਿਲ ਸਕਦੀਆਂ ਨੇ ਕਿਉਂਕਿ ਹਰ ਇੱਕ ਤਰ੍ਹਾਂ ਦੀ ਪ੍ਰੈਪਰੇਸ਼ਨ ਵਾਸਤੇ ਤੁਹਾਡੇ ਸਪੋਰਟ ਵਾਸਤੇ ਹਰ ਇੱਕ ਜਗ੍ਹਾ ਉੱਤੇ ਕੋਈ ਨਾ ਕੋਈ ਅਵੇਲੇਬਲ ਹੈ ਥਿਊਰੀ ਵਾਸਤੇ ਅਸੀਂ ਅਵੇਲੇਬਲ ਹਾਂ ਅਤੇ ਪ੍ਰੈਕਟੀਕਲ ਦੇ ਵਾਸਤੇ ਨੋਡਲ ਆਫੀਸਰਸ ਦੇ ਨੰਬਰ ਐਂਡ ਨੇਮ ਤੁਹਾਨੂੰ ਆਲਰੇਡੀ ਅਸੀਂ ਇਸ ਚੈਨਲ ਉੱਪਰ ਅਪਲੋਡਡ ਕਰ ਦਿੱਤੇ ਆ ਨਾਲ ਹੋਏਗੀ ਡਿਜੀਟਲ ਲਿਟਰੇਸੀ ਐਂਡ ਕੰਪਿਊਟਰ ਅਵੇਅਰਨੈਸ ਜਿਹਦੇ 30 marks ਹੋਣਗੇ ਅਤੇ ਇੰਗਲਿਸ਼ ਲੈਂਗੁਏਜ ਦੇ 20 marks ਹੋਣਗੇ ਸੋ ਨੈਗੇਟਿਵ ਮਾਰਕਿੰਗ ਜਿਹੜੀ ਆ ਇਨਕਰੈਕਟ ਕੁਸ਼ਚਨ ਦੀ ਹੋਏਗੀ 25% ਮਤਲਬ ਇੱਕ ਕੁਸ਼ਚਨ ਗਲਤ ਕਰੋਗੇ ਤਾਂ 0.25 marks ਜਿਹੜੇ ਨੇ ਉਹ ਕੱਟੇ ਜਾਣਗੇ ਸੋ ਨੈਗੇਟਿਵ ਮਾਰਕਿੰਗ ਜੀ ਉਹਦੇ ਵਿੱਚ ਜਿਹੜੀ ਆ ਉਹ ਕਾਊਂਟ ਕੀਤੀ ਜਾਏਗੀ ਇਹਨਾਂ ਸਾਰਿਆਂ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਅਲਰਟ ਰਹਿਣਾ ਪੈਣਾ ਸਟੇਜ 2 ਦੇ ਵਿੱਚ ਡਾਕੂਮੈਂਟਰੀ ਤੁਹਾਡੀ ਸਾਰੀ ਹੋਏਗੀ ਵੈਰੀਫਿਕੇਸ਼ਨ ਫਿਜ਼ੀਕਲ ਮੈਜਰਮੈਂਟ ਟੈਸਟ ਅਤੇ ਫਿਜ਼ੀਕਲ ਸਕਰੀਨਿੰਗ ਟੈਸਟ ਜਿਹੜਾ ਉਹ ਕੀਤਾ ਜਾਏਗਾ ਸੋ ਇਹਦੇ ਵਿੱਚ ਕੀ ਹੋਣਾ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਕਿ ਫਿਜ਼ੀਕਲ ਸਕਰੀਨਿੰਗ ਟੈਸਟ ਦੇ ਵਾਸਤੇ ਮੇਲ ਕੈਂਡੀਡੇਟਸ ਵਾਸਤੇ ਕੀ ਹੋਣਾ ਚਾਹੀਦਾ ਹੈ ਐਕਸ ਸਰਵਿਸਮੈਨ ਮੇਲ ਵਾਸਤੇ ਕੀ ਹੋਣਾ ਚਾਹੀਦਾ ਹੈ ਅਤੇ ਐਕਸ ਸਰਵਿਸਮੈਨ ਮੇਲ ਆਫ ਏਜ ਮੋਰ ਦੈਨ 35 ਈਅਰ ਵਾਸਤੇ ਫਿਜ਼ੀਕਲ ਸਕਰੀਨਿੰਗ ਟੈਸਟ ਕੀ ਹੋਣੇ ਇਹਦੀ ਵੀਡੀਓ ਆਲਰੇਡੀ ਪਹਿਲਾਂ ਅਪਲੋਡਡ ਕੀਤੀ ਗਈ ਹੈ ਐਂਡ ਫੀਮੇਲ ਕੈਂਡੀਡੇਟਸ ਵਾਸਤੇ ਕਿੰਨੇ ਚਾਂਸ ਮਿਲਣਗੇ ਉਹ ਵੀ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਕੈਟਰੇ ਦੇ ਵਾਸਤੇ ਵੱਖਰੇ ਫਿਜ਼ੀਕਲ ਸਕਰੀਨਿੰਗ ਟੈਸਟ ਹੋਏਗਾ ਮੇਲਸ ਐਂਡ ਫੀਮੇਲਸ ਦੇ ਵਾਸਤੇ ਵੱਖਰਾ ਹੈ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਕੁਛ ਨਹੀਂ ਪਤਾ ਲੱਗ ਰਿਹਾ ਫੋਰ ਦੈਟ ਯੂ ਕੈਨ ਆਸਕ ਅਸ ਇਨ ਦ ਕਮੈਂਟ ਬਾਕਸ ਸੋ ਫਰੈਂਡਸ ਇਹ ਸੀਗਾ ਸਾਰਾ ਕੁਛ ਮੈਰਿਟ ਲਿਸਟ ਬਣੇਗੀ ਤਾਂ ਉਸਦੇ ਬੇਸਿਸ ਦੇ ਉੱਪਰ ਹੀ ਤੁਹਾਡਾ ਹੋਏਗਾ ਡੈਕਲੇਰੇਸ਼ਨ ਆਫ ਜਿਹੜਾ ਟੈਸਟ ਆ ਇਹਨਾਂ ਦੀ ਵੈਬਸਾਈਟ ਦੇ ਉੱਪਰ ਵੀ ਹੋਏਗਾ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਪ੍ਰੈਸ ਕੀਤਾ ਹੈ ਤਾਂ ਉੱਥੇ ਵੀ ਤੁਹਾਡਾ ਡੈਕਲੇਰੇਸ਼ਨ ਆਫ ਦ ਟੈਸਟ ਜਦੋਂ ਵੀ ਰਿਜ਼ਲਟ ਆਏਗਾ ਜਦੋਂ ਵੀ ਰੋਲ ਨੰਬਰ ਆਏਗਾ ਸਭ ਤੋਂ ਪਹਿਲਾਂ ਤੁਹਾਨੂੰ ਐਜ਼ ਅ ਨੋਟੀਫਿਕੇਸ਼ਨ ਮਿਲ ਜਾਏਗੀ ਸੋ ਦੈਟ ਯੂ ਕੈਨ ਮਿਸ ਐਨੀ ਆਫ ਦ ਚਾਂਸ ਸੋ ਫਰੈਂਡਸ ਬਾਕੀ ਸਾਰਾ ਮੈਡੀਕਲ ਐਗਜ਼ਾਮੀਨੇਸ਼ਨ ਇਹ ਤਾਂ ਇੱਕ ਵੱਖਰਾ ਪ੍ਰੋਸੈਸ ਹੈ ਪਹਿਲਾਂ ਤੁਹਾਨੂੰ ਪ੍ਰੈਪਰੇਸ਼ਨ ਕਰਨੀ ਆ ਥਿਊਰੀ ਪੇਪਰ ਵਾਸਤੇ ਨਾਲ ਦੀ ਨਾਲ ਹੀ ਆਪਣਾ ਜਿਹੜਾ ਤੁਹਾਡਾ ਫਿਜ਼ੀਕਲ ਐਗਜ਼ਾਮ ਹੈ ਉਹਦੇ ਵਾਸਤੇ ਸੋ ਐਪਲੀਕੇਸ਼ਨ ਫੀਸ ਦੀ ਗੱਲ ਕੀਤੀ ਜਾਵੇ ਤਾਂ ਜਨਰਲ ਕੈਟੇਗਰੀ ਦੇ ਵਾਸਤੇ ਐਪਲੀਕੇਸ਼ਨ ਫੀਸ ਜਿਹੜੀ ਆ ਟੋਟਲ ਪਾ ਕੇ ਐਪਲੀਕੇਸ਼ਨ ਐਂਡ ਐਗਜ਼ਾਮੀਨੇਸ਼ਨ 1500 ਹੈ ਐਕਸ ਸਰਵਿਸਮੈਨ 700 SC ST 900 ਇਕਨੋਮਿਕਲੀ ਵੀਕਰ ਸੈਕਸ਼ਨ ਦੇ ਵਾਸਤੇ 900 ਜਿਹੜੀ ਆ ਉਹ ਤੁਹਾਡੀ ਐਗਜ਼ਾਮੀਨੇਸ਼ਨ ਫੀਸ ਹੋਏਗੀ ਔਨਲਾਈਨ ਫਾਰਮ ਫਿਲ ਕਰਨ ਦਾ
एक तो थोड़े सामने उपर साइड शो हो रही है, ये उपर जाके अप्लाई कर दो। अदरवाइज इसे वीडियो के नीचे डिस्क्रिप्शन बॉक्स के लिंक दे रही हूँ, दैट इज़ www.earnmoneyjob.com, उत्ते क्लिक करके भी देख सकते। अदरवाइज एक साइड थोड़े सामने भी स्क्रीन के उपर शो हो रही है www.earnmoneyjob.com उपर, जेकर .com के उपर जाके कर दो तो एक तो ऑनलाइन फॉर्म फिल कर सकते हो, नाल दे नाल तुहानू इहदी प्रॉपर वेरीफिकेशन हर एक तरह का स्टैप टू स्टैप तुहानू गाइडेंस भी मिलती है, नोट्स भी मिलते हैं, तो पिछले सालों के क्वेश्चन पेपर प्रॉपर एक गाइडेंस तुहानू जिहड़ी आ उस साइट के थ्रू मिलती है। चॉइस इज योर्स, तुसीं किसी के उपर जाके भी अपना ऑनलाइन जिहड़ा फॉर्म वो फिल कर सकते हो। सो फ्रेंड्स, हैल्पलाइन नंबर तुहाडे सामने स्क्रीन के उपर शो हो रहा है, ये उपर करो। अदरवाइज तुहाडे कोल व्हाट्सएप के नंबर इसे वीडियो के नीचे डिस्क्रिप्शन बॉक्स लिंक दिए ने, ग्रुप ज्वाइन करो, उत्ते ते सानू पुछ सकते हो, नाल दे नाल ही तुहाडी क्वेरीज क्लीयर कीतियां जाणगियां। नाल दे नाल ही सानू टैलीग्राम दे उपर भी ज्वाइन कर सकते हो, व्हाट्सएप ग्रुप दे उपर तुहानू डेली बेसिस दे उपर सब कुछ मिलता है। सो फ्रेंड, दिस वॉज ऑल अबाउट टूडेज वीडियो, होप यू हैव लाइक दिस वीडियो एंड स्टे ट्यून्ड विद योर रीत कौर फॉर मोर अपकमिंग गवर्नमेंट जॉब्स अपडेट्स इन पंजाब। नाल दे नाल पंजाब पुलिस की जिहड़ी है वैकेंसीज आई ने, इनू आपां नाल दे नाल ही जितना है, तो इह वालियां जॉब्स नू अपनी पॉकेट्स च पाउणा है। सो फ्रेंड्स, फॉर दैट यू कैन स्टार्ट प्रिपेयरिंग फॉर दीज एग्जाम। ऑल द बेस्ट फ्रॉम अवर होल टीम, गुड लक, बाय बाय।